ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਤੋ ਅੱਜ ਤੁਸੀਂ ਸੁਣੋਗੇ ਗਿਆਨੀ ਸੂਨ ਸਿੰਘ ਸੀਤਲ ਜੀ ਹੋਣਾ ਦਾ ਲਿਖਿਆ ਹੋਇਆ ਨਾਵਲ ਤੂਤਾਂ ਵਾਲਾ ਖੂਦਾਂ ਸ਼ੀਮਾ ਭਗ ਉਹ ਆਤਨੇਸ਼ਾ ਅੱਜ ਸਵੇਰੇ ਸਵੇਰੇ ਵਰਨਾ ਤੋਂ ਹੋ ਮੁੜਿਆ ਏ ਬੋਹੇ ਅੱਗੋਂ ਦੇ ਲੰਗੇ ਜਾ ਰਹੇ ਤਨੇਸ਼ਾ ਨੂੰ ਸੱਜਣ ਸਿੰਘ ਨੇ ਰਸਮੀ ਤੌਰ ਤੇ ਪੁੱਛਿਆ ਭਰਾਵਾ ਉਦੋਂ ਦਾ ਡਰਿਆ ਹੋਇਆ ਸੁਵਖਤੇ ਦੁਰਪਿਆ ਸਰਦਾਰ ਲੱਖਾ ਸਿੰਘ ਤਾਂ ਜੋਰ ਲਾਉਂਦਾ ਸੀ ਅੱਖੇ ਰੋਟੀ ਖਾ ਕੇ ਜਾਈ ਪਰ ਮੈਂ ਹੱਥ ਜੋੜ ਕੇ ਛੁੱਟੀ ਲੈ ਲਈ ਉਸ ਦਿਨ ਵਾਲੀ ਦੁਪਹਿਰ ਅਜੇ ਭੁੱਲੀ ਨਹੀਂ ਉਸ ਦੁਪਹਿਰ ਦਾ ਚੇਤਾ ਕਰਕੇ ਤਨੇਸ਼ਾ ਨੂੰ ਕੰਬਣੀ ਆ ਗਈ ਆ ਫਿਰ ਕੋਈ ਜਲ ਪਾਣੀ ਦੀ ਸੇਵਾ ਕਰੀਏ ਸੱਜਣ ਸਿੰਘ ਨੇ ਸਿਰਫ ਰਿਵਾਜ ਪੂਰਾ ਕਰਨ ਵਾਸਤੇ ਸੋਲਾ ਮਾਰੀ ਸਰਦਾਰ ਸੱਜਣ ਸਿੰਘ ਤਨੇਸ਼ਾ ਕੁਝ ਕਹਿਣ ਲੱਗਾ ਪਲ ਦਾ ਪਲ ਰੋ ਗਿਆ ਅੱਛਾ ਚੱਲ ਭਈ ਤੇਰਾ ਪ੍ਰੇਮ ਰੋਜ਼ ਰੋਜ਼ ਮੋੜਿਆ ਨਹੀਂ ਜਾਂਦਾ ਆਖੀ ਨਾ ਭਾਈ ਮੈਂ ਲੱਖਾਂ ਸੀ ਉਹ ਨਾਲ ਗੂੜਾ ਜਰਾ ਨਾਰਾ ਰੱਖਦਾ ਤੇ ਤੇਰੇ ਨਾਲ ਕੋਈ ਦੂਜੀ ਗੱਲ ਸਮਝਦਾ ਧਨੇਸ਼ਾ ਸੱਜਣ ਸਿੰਘ ਦੇ ਮਗਰ ਮਗਰ ਤੁਰ ਪਿਆ ਸੱਜਣ ਸਿੰਘ ਦਾ ਆਰਾਦਾ ਕੋਈ ਨਹੀਂ ਸੀ ਤਾਂ ਨਿਸ਼ਾਨੋਂ ਜਲ ਪਾਣੀ ਪੀਉਣ ਦਾ ਨਾ ਹੀ ਉਹਨਾਂ ਦਾ ਕੋਈ ਬਹੁਤਾ ਨੇੜ ਸੀ ਉਹਨੇ ਐਵੇਂ ਹੀ ਰਸਮੀ ਤੌਰ ਤੇ ਕਿਹਾ ਸੀ ਐਨੀ ਸੁਲਾਗਲਾ ਕਿਸੇ ਉੱਪਣ ਨੂੰ ਵੀ ਮਾਰ ਬੈਂਦਾ ਪਰ ਕੋਈ ਐਨੇ ਕੋ ਇਸ਼ਾਰੇ ਤੇ ਮਗਰ ਤਾਂ ਨਹੀਂ ਲੱਗ ਤੁਰਦਾ ਸੱਜਣ ਸਿੰਘ ਵੀ ਦਿਲ ਵਿੱਚ ਐਹਾ ਸੋਚਦਾ ਜਾ ਰਿਹਾ ਸੀ ਐਵੇਂ ਮੜਾ ਜਿਹਾ ਅੱਖਣ ਵਾਲੀ ਗੰਗਾ ਦੇ ਬ੍ਰਾਹਮਣਾ ਵਾਂਗ ਮਗਰ ਲੱਗ ਤੁਰਿਆ ਏ ਪਤਾ ਹੁੰਦਾ ਤਾਂ ਮੈਂ ਇਸ ਲਾਲਚੀ ਨੂੰ ਬੁਲਾਉਂਦਾ ਹੀ ਨਾ ਘਰ ਲਾ ਜਾ ਕੇ ਪਿਆਵਾਗਾ ਕੀ ਐਵੇਂ ਬੁਲਾ ਗੱਲ ਪਾ ਲਈ ਹੁਣ ਨਾਂ ਵੀ ਨਹੀਂ ਕੀਤੀ ਜਾਂਦੀ ਨਿਰਨੇ ਕਲੇਜੇ ਰੂੜੀ ਬਰਾਂਡ ਨਾ ਪਿਆਵਾ ਨਾਲੇ ਇਹਨੂੰ ਪਤਾ ਲੱਗ ਜੇ ਜੱਟਾਂ ਦੀ ਸੇਵਾ ਦਾ ਐਨ ਗੁੱਟ ਕਰਕੇ ਦੁਪਹਿਰੇ ਸ਼ਹਿਰ ਨੂੰ ਤੋਰਦਿਆਂ ਦੋਵੇਂ ਵੱਖਰੇ ਵੱਖਰੇ ਢੰਗ ਨਾਲ ਸੋਚਦੇ ਘਰ ਪਹੁੰਚੇ ਵਿੜੇ ਵਿੱਚ ਡੱਠੇ ਹੋਏ ਮੰਜੇ ਤੇ ਬੈਠਣ ਦਾ ਇਸ਼ਾਰਾ ਕਰਦੇ ਆਂ ਸੱਜਣ ਸẽ ਨੇ ਪੁੱਛਿਆ ਸੁਨਾ ਫਿਰ ਸ਼ਾ ਕੀ ਸ਼ਕਣਾਈ ਬਸ ਖੱਟੀ ਲੱਸੀ ਦਾ ਸ਼ਨਾ ਲਾਇਆ ਲੂਣ ਖੋਰ ਕੇ ਤੰਨੇ ਸ਼ਾ ਆਪਣੇ ਵੱਲੋਂ ਵਧੇਰੇ ਖੇਚਲ ਨਹੀਂ ਦੇਣਾ ਚਾਹੁੰਦਾ ਲੱਸੀ ਤਾਂ ਸ਼ਾ ਹੈ ਨਹੀਂ ਚੁੰਕੇ ਵਿੱਚ ਬੈਠੀ ਭਜਣ ਕੌਰ ਨੇ ਅਨਚਾਹੇ ਪਰੋਣੇ ਦੇ ਮੰਗ ਦੇ ਉੱਤਰ ਵਿੱਚ ਕਿਹਾ ਮੈਂ ਭੱਜੀ ਨੂੰ ਸੁਖ ਨਾਲ ਡੂਢ ਮਹੀਨਾ ਹੋ ਗਿਆ ਹੀ ਸਗੋਂ ਆਣੇ ਲੱਸੀ ਦੀ ਘੁੱਟ ਨੂੰ ਤਰਸਦੇ ਨੇ ਪਏ ਸ਼ਿਕੰਜਵੀ ਬਣਾ ਦਿੰਦੀ ਆ ਸੱਜਣ ਸਿਆ ਤੋ ਮੈਨੂੰ ਕਿਉਂ ਨਾ ਦੱਸਿਆ ਭਈ ਪਠ ਪਿਆ ਸਾਡਾ ਸ਼ੌਕਰਾ ਜੇ ਸੱਜਣਾ ਮਿੱਤਰਾਂ ਦੇ ਬਾਲ ਲੱਸੀ ਨੂੰ ਤਰਸਦੇ ਰਹੇ ਤਾਂ ਤੂੰ ਮੈਨੂੰ ਉਪਰਾ ਹੀ ਸਮਝਿਆ ਨਾ ਤਨਿਸ਼ਾ ਨੇ ਰੋਪਰੀ ਸੁਰ ਵਿੱਚ ਬੜੇ ਨਿਹੋਰੇ ਨਾਲ ਕਿਹਾ ਉਹ ਸ਼ਾ ਐਵੇਂ ਖੇਚਲ ਦੇਂ ਤੇ ਦੇਲ ਹੀ ਨਹੀਂ ਕੀਤਾ ਸੱਜਣ ਸਿੰਘ ਨੇ ਐਵੇਂ ਹੰਗਾਰਾ ਭਰਨ ਵੱਜੋ ਕਿਹਾ ਹੂੰ ਖੇਚੜ ਕੇ ਹੀ ਜੇ ਸੱਜਣ ਬੇਲੀ ਇਹੋ ਜੇ ਵੇਲੇ ਵੀ ਕੰਮ ਨਾ ਆਇਆ ਤਾਂ ਉਹਦਾ ਚਾਰ ਪਾਉਣਾ ਹੀ ਚੱਲ ਤੋਰ ਐਸੇ ਵੇਲੇ ਮੇਰੇ ਨਾਲ ਤੇ ਮੰਡੀ ਵਿੱਚੋਂ ਵੇਖ ਕੇ ਮੈਂ ਲਿਆ ਤਨਿਸ਼ਾ ਨੇ ਹੁਕਮੇ ਲਾਜੇ ਵਿੱਚ ਕਿਹਾ ਨਈ ਸ਼ਾ ਐਵੇਂ 2 ਟਾਈ ਮਹੀਨਿਆਂ ਦੀ ਗੱਲ ਐ ਉਹਨੇ ਚਿਰ ਨੂੰ ਝੋਟੀ ਸੂ ਪਵੇਗੀ ਸੱਜਣ ਸਿੰਘ ਨੇ ਉਸ ਪੈਲਣ ਝੋਟੀ ਵੱਲ ਵੇਧਿਆ ਕਿਹਾ ਜੀ ਦੀ ਅਜੇ 6 ਮਹੀਨੇ ਨੂੰ ਸੂਣ ਦੀ ਆਸ ਸੀ ਉਹ ਨਹੀਂ ਨਹੀਂ ਕਿਹੀ ਉੱਠ ਕੇ ਮੇਰੇ ਨਾਲ ਤੁਰ ਤੂੰ ਜਿੰਨਾ ਬਦਲੇ ਕਮਾਈ ਦਾ ਏ ਉਹ ਯਾਣੀ ਦਰਸਦੇ ਰੇ ਤਾਂ ਆਪਾਂ ਜਾਣ ਲੱਗਿਆਂ ਹਿੱਕ ਤੇ ਧਰ ਕੇ ਲੈ ਜਾਣਾ ਏ ਸ਼ਾ ਨੇ ਉਹ ਉਪਦੇਸ਼ ਦਿੱਤਾ ਜਿਸ ਉਤੇ ਉਹਨੇ ਆਪਣੇ ਘਰ ਵਿੱਚ ਕਦੇ ਅਮਲ ਨਹੀਂ ਕੀਤਾ ਸ਼ਾ ਮੈਂ ਤਾਂ ਲੈ ਆਈਏ ਪਰ ਤੇਰਾ ਵਿਆਜ ਬੜਾ ਕਰੜਾ ਏ ਨਹੀਂ ਤਾਂ ਖਿਆਈ ਤਾਂ ਬੜੀ ਏ ਸਾਡਾ ਪਪੂ ਸਵੇਰੇ ਉੱਠਦਾ ਦਹੀਂ ਵਾਸਤੇ ਰੋਂਡਾ ਪੈਂਦਾ ਏ ਕੋਲੋਂ ਭਜਨ ਕਰਨੇ ਕਿਹਾ ਸ਼ਾਦੀਆਂ ਗੱਲਾਂ ਸੁਣ ਕੇ ਉਹਦਾ ਮਨ ਭਰਮ ਪਿਆ ਸੀ ਉਧਾਰ ਮਹਿ ਲੈਣ ਵਾਸਤੇ ਉਹ ਤਿਆਰ ਹੋ ਪਈ ਸੀ ਸਿਰਫ ਬਹੁਤੇ ਸੂਤ ਤੋਂ ਡਰਦੀ ਸੀ ਬੀਬੀ ਐ ਤੂੰ ਕੀ ਗੱਲ ਆਖੀ ਜਾਂ ਤੂੰ ਧਰਮ ਦੀ ਭੈਣ ਹੋਈ ਓ ਹਾੜੀ ਤੱਕ ਇੱਕ ਪੈਸਾ ਵਿਆਜ ਨਹੀਂ ਲੈਂਦਾ ਹੁਣ ਕੋਸ਼ ਦਾਣਿਆਂ ਤੋਂ ਸਾਵੇਂ ਦੇ ਸਾਵੇਂ ਦੇ ਦਿਓ ਜੀ ਹੋਰ ਥੋੜੀਆਂ ਸਾਮੀਆਂ ਨੇ ਵਿਆਜ ਦੇਣ ਵਾਲੀਆਂ ਇਕ ਭਰਾ ਤੋਂ ਨਾ ਲਿਆ ਤਾਂ ਕਿਹੜਾ ਤਾਂ ਨਿਸ਼ਾਨਾngo ਛੱਲਿਆ ਈ ਤਾਂ ਨਿਸ਼ਾਨੇ ਮਾਨ ਨਾਲ ਛਾਤੀ ਫੁਲਾ ਕੇ ਕਿਹਾ ਜਿਵੇਂ ਉਹ ਅਜੀਹਾ ਕਾਰਨਾਮਾ ਕਰ ਰਿਹਾ ਸੀ ਜਿਹੜਾ ਅਜੇ ਤੱਕ ਕਿਸੇ ਬਿਆਜੜੀਏ ਨੇ ਨਾ ਕੀਤਾ ਹੋਵੇ ਬਸ ਉਹਨਾਂ ਚਿਹਰੀਆਂ ਗੱਲਾਂ ਨੇ ਜਿਨ੍ਹਾਂ ਚ ਰਵਈਏ ਤੇ ਅੰਗੂਠਾ ਨਹੀਂ ਲਵਾ ਲੈਂਦਾ ਫਿਰ ਤਾਂ ਵਿਆਜ ਨੂੰ ਵੀ ਵਿਆਜ ਲੱਗੇਗਾ ਸੱਜਣ ਸਿੰਘ ਨੇ ਸ਼ੌਕਰਾਂ ਦੇ ਸੁਭਾਅ ਬਾਰੇ ਖਾਸੇ ਤੇ ਰੰਗ ਵਿੱਚ ਖਰੀ ਖਰੀ ਕਹਿ ਦਿੱਤੀ ਉਹ ਸੱਜਣ ਸਿਆ ਯਾਰ ਤੂੰ ਤਾਂ ਨਿਸ਼ਾਨ ਨੂੰ ਕੀ ਸਮਝ ਛੱਡਿਆ ਈ ਮਰਦੀ ਜੁਬਾਨ ਹੁੰਦੀ ਆ ਤੈਨੂੰ ਇੱਕ ਵਾਰ ਜੋ ਆਖ ਦਿੱਤਾ ਹਾੜੀ ਤੱਕ ਕੋਈ ਵਿਆਜ ਨਹੀਂ ਅਸੀਂ ਲੋਕ ਜ਼ੁਬਾਨ ਪਿੱਛੇ ਸਭ ਕੁਝ ਉਜਾੜ ਦਿੰਦੇ ਆ ਤੇ ਇਹ ਤਾਂ ਬਾਲਾਂ ਨੇ ਦੁੱਧ ਪੀਣਾ ਏ ਤੇਰੇ ਬਾਲ ਕੀ ਤੇ ਸਾਡੇ ਕੀ ਤਨੇਸ਼ਾ ਬਹੁਤੀ ਅਪਨਾਥ ਜਿਤਾ ਰਿਹਾ ਸੀ ਵਿਭਜ ਕਿਆ ਭਜਨ ਕੋਨੇ ਅੰਦਰ ਬੈਠੇ ਪੁੱਤਰ ਨੂੰ ਆਵਾਜ਼ ਮਾਰੀ ਜਾ ਵੀ ਭੱਜ ਕੇ ਹਟਿਓਂ ਨੇ ਬੋਲਿਆ ਸਿਕੰਨੀ ਵੀ ਬੜਾਈਂਗੇ ਨਹੀਂ ਪੈਣਾ ਕਾਕੇ ਹੱਥ ਪਾਣੀ ਦਾ ਗਲਾਸ ਭੇਜ ਦੇ ਮੈਂ ਆਵੇਗੀ ਤਾਂ ਕਿਸੇ ਦਿਨ ਆਕੇ ਦੁੱਧ ਪੀ ਜਾਵਾਂਗਾ ਮੈਨੇ ਕੋਈ ਉਪਰਾ ਘਾਰੇ ਹਾ ਹੋ ਖੋਰ ਵਡਾਉਣ ਨੂੰ ਅਸੀਂ ਤੇ ਦੁੱਧ ਤੂੰ ਪੀ ਜਾਇਆ ਕਰੀ ਆ ਕੇ ਸੱਜਣ ਸਿੰਘ ਨੇ ਹਾਸੇ ਨਾਲ ਕਿਹਾ ਉਹ ਸਰਦਾਰਾ ਸਾਡੀ ਭੈਣ ਦਾ ਘਾਰੇ ਭਾਵੇਂ ਦੁੱਧ ਪੀਏ ਭਾਵੇਂ ਖੀਰ ਖਾਈਏ ਤੇਰੀ ਕੀ ਧਾਲ ਗੱਲ ਦੀਏ ਤੇ ਨਿਸ਼ਾਨੇ ਵੀ ਅੱਗੋਂ ਉਸੇ ਤਰ੍ਹਾਂ ਹਾਸੇ ਠੱਠੇ ਵਾਲੀ ਬੋਲੀ ਵਿੱਚ ਉੱਤਰ ਦਿੱਤਾ ਸਾਰੀ ਉਮਰ ਇਹਨਾਂ ਦਾ ਐਹਾ ਸੁਭਾਰਿਆ ਐਨੀ ਸੋਚਣਾ ਭਈ ਕਿਸੇ ਨੂੰ ਇਹ ਗੱਲ ਆਖਣੀ ਵੀ ਇਹ ਕਿ ਨਹੀਂ ਭਜਨ ਕੌਣੇ ਮਿੱਠੀ ਜਿਹੀ ਜੁੜਕ ਦਿੰਦਿਆ ਕਿਹਾ ਉਹ ਨਹੀਂ ਸੀ ਚਾਹੁੰਦੀ ਕਿ ਇਹੋ ਜਿਹੀ ਅਪਕਾਰੀ ਕਿ ਆਦਮ ਖਾਲੋ ਢਾਇਆ ਜਾਵੇ ਓਏ ਮੈਂ ਤਾਂ ਖੁਰਲੀ ਤੇ ਆ ਲੈਣ ਦੇ ਅੱਗੇ ਹੀ ਤਰਫਦਾਰੀਆਂ ਹੋਣ ਲੱਗ ਪਈਆਂ ਨੇ ਸੱਜਣ ਸਿੰਘ ਨੂੰ ਅਜੇ ਪੂਰਾ ਭਰੋਸਾ ਨਹੀਂ ਸੀ ਕਿ ਤਨੇਸ਼ਾ ਕਹੀ ਹੋਈ ਗੱਲ ਤੇ ਪੂਰਾ ਉਤਰੇਗਾ ਐ ਤਨੇਸ਼ਾ ਨੇ ਜ਼ੁਬਾਨ ਕੀਤੀ ਏ ਤਨੇਸ਼ਾ ਨੇ ਭਲਕੇ ਇਸ ਵੇਲੇ ਇੱਥੇ ਅਲਵੇਰੀ ਮੈਂ ਬੱਜੀ ਹੋਵੇਗੀ ਤਨੇਸ਼ਾ ਨੇ ਸਾਤੀ ਤੇ ਹੱਥ ਮਾਰਦਿਆਂ ਕਿਹਾ ਤਨੇਸ਼ਾ ਤੇ ਸੱਜਣ ਸਿੰਘ ਐਸੇ ਤਰ੍ਹਾਂ ਦਿਲ ਲੱਗੀ ਵਿੱਚ ਰੁਝੇ ਰਹੇ ਭਜਨ ਕੋਨੇ ਉਹਨਾਂ ਚਰਪਾਣੀ ਵਿੱਚ ਖੰਡ ਘੋਰ ਕੇ ਬਿਨਾਂ ਦੁੱਧ ਤੋਂ ਹੀ ਪਾਣੀ ਬਣਾ ਲਿਆ ਲਾਸ਼ਾ ਅੱਜ ਬਿਨਾ ਦੁੱਧ ਤੋਂ ਹੀ ਪਰਵਾਣ ਕਰ ਲੇ ਮੈਂ ਅੱਜ ਤੇ ਕੱਚਾ ਦੁੱਧ ਪੀਆਵਾਂਗੀ ਬੀਬੀ ਐ ਤੂੰ ਐਵੇਂ ਖੇਚਲ ਕੀਤੀ ਤਾਂ ਨਿਸ਼ਾ ਨੇ ਕੁੱਟ ਪਰ ਕੇ ਕਿਹਾ ਇਸ ਵੇਲੇ ਸਗੋਂ ਫੋਕਾ ਪਾਣੀ ਹੀ ਚੰਗਾ ਸੀ ਉਹ ਪੀ ਲੈ ਗਾਂ ਕਿਤੇ ਸੰਗ ਚੋਂ ਨਹੀਂ ਅੜ ਚੱਲਿਆ ਤੇ ਜੇ ਮਿੱਠਾ ਨਹੀਂ ਰੋਚਦਾ ਤਕੌੜਾ ਪਾਣੀ ਲਿਆਵਾ ਸੱਜਾ ਸਿੰਘ ਨੇ ਥੋੜਾ ਜਿਹਾ ਮੂੰਹ ਨੇੜੇ ਕਰਕੇ ਕਿਹਾ ਹੂੰ ਕੋੜਾ ਪਾਣੀ ਪੀਣੂ ਕਿ ਡੇ ਸ਼ੇਰ ਨੇ ਭਜਨ ਕੋਨੇ ਨੱਕ ਮਰੂੜ ਕੇ ਕਿਹਾ ਸ਼ਰਾਬ ਤੋਂ ਨੂੰ ਸਖਤ ਨਫ਼ਰਤ ਸੀ ਜੱਟਾਂ ਦੀ ਨਹੀਂ ਐ ਤਾਂ ਕਿਸੇ ਪਿਛਲੇ ਜਰਮ ਦੀ ਬਾਣੀਆਂ ਦੀ ਧੀਏ ਵੇਖੇ ਨਾ ਤੰਨੇਸ਼ਾ ਸ਼ਰਾਬ ਦਾ ਨਾਂ ਸੁਣ ਕੇ ਕਿਵੇਂ ਨੱਕ ਵੱਟਦੀ ਸੱਜਣ ਸਿੰਘ ਦੀ ਆਵਾਜ਼ ਵਿੱਚ ਗੁੱਸੇ ਥਾ ਕਿਸੇ ਨੂੰ ਚੜਾਉਣ ਵਾਲਾ ਹਾਸਾ ਠੱਠਾ ਵਦੇ ਰਹੀ ਸੀ ਭਲੇ ਆ ਲੋਕਾ ਸ਼ਰਾਬ ਕਿਤੇ ਬੰਦਿਆਂ ਦੀ ਪੀਣ ਵਾਲੀ ਚੀਜ਼ ਥੋੜੀ ਐ ਐ ਤਾਂ ਦੈਂਤਾਂ ਦਾ ਨੁਕਲ ਐ ਤੰਨੇਸ਼ਾ ਨੇ ਭਜਨ ਕੋਰਦੀ ਹਮਾਇਤ ਵੱਜੋ ਕਿਹਾ ਤੇ ਜੇ ਭਲਾ ਮੁਫਤ ਮਿਲ ਜਾਵੇ ਤਾਂ ਸੱਜਣ ਸਿੰਘ ਜਾਣਦਾ ਸੀ ਕਿ ਤੰਨੇਸ਼ਾ ਮੁਫਤੀ ਕਦੇ-ਕਦਾਈਂ ਪੀ ਲਿਆ ਕਰਦਾ ਫਿਰ ਮੁਫਤੀ ਤਾਂ ਭਰਾਵਾ ਅੰਦੇ ਨੇ ਕਾਜੀ ਵੀ ਨਹੀਂ ਛੱੜਦੇ ਤਨਿਸ਼ਾ ਨੇ ਇਸ ਲੋਕੋਕਤੀ ਦਾ ਆਸਰਾ ਲੈ ਕੇ ਇੱਕ ਤਰ੍ਹਾਂ ਇਕਬਾਲ ਕਰ ਲਿਆ ਤਨਿਸ਼ਾ ਪਾਣੀ ਪੀ ਕੇ ਤੁਰ ਗਿਆ ਉਹਨੇ ਬੜਾ ਜ਼ੋਰ ਲਾਇਆ ਕਿ ਮੈਂ ਲੈਣ ਵਾਸਤੇ ਸੱਜਣ ਸਿੰਘ ਉਸੇ ਵੇਲੇ ਉਹਦੇ ਨਾਲ ਚੱਲੇ ਪਰ ਸੱਜਣ ਸਿੰਘ ਨੇ ਅਗਲੇ ਦਿਨ ਦਾ ਇਕਰਾਰ ਕਰਕੇ ਤਨਿਸ਼ਾ ਨੂੰ ਤੋੜ ਦਿੱਤਾ ਪਿੱਛੋਂ ਸਾਰਾ ਦਿਨ ਸੱਜਣ ਸਿੰਘ ਤੇ ਭਜਨ ਘਰ ਵਿੱਚ ਬੈਸ ਹੁੰਦੀ ਰਹੀ ਸੱਜਣ ਸਿੰਘ ਕਰਜ਼ ਲੈਣ ਦੇ ਹੱਕ ਵਿੱਚ ਨਹੀਂ ਸੀ ਉਹ ਦਲੀਲ ਦੇਂਦਾ ਸੀ ਕਿ ਜਿੰਸਾਂ ਦੇ ਪਾਪ ਬਹੁਤ ਮੰਦੀ ਹਨ ਮਾਮਲਾ ਧਾਰ ਕੇ ਸ਼ਾਦੇ ਮੋੜਨ ਜੋਗੇ ਨਾ ਬਚੇ ਤਾਂ ਕੀ ਬਣੇਗਾ ਪਰ ਬਚਨ ਕੋਰ ਤੰਨੇ ਸ਼ਾਦੀ ਦਿੱਤੀ ਹੋਈ ਰਿਆਤ ਤੋਂ ਫਾਇਦਾ ਉਠਾਉਣ ਦੇ ਹੱਕ ਵਿੱਚ ਸੀ ਨਾ ਉਹਨੂੰ ਅੱਗੇ ਕਰਜੇ ਦਾ ਤਜਰਬਾ ਸੀ ਨਾ ਤੰਨੇ ਸ਼ਾਦੇ ਸੁਬਾ ਦਾ ਇਸ ਵਾਸਤੇ ਉਹ ਆਪਣੀ ਗਲਤੀ ਅੜੀ ਹੋਈ ਸੀ ਅਖੀਰ ਉਹਨੇ ਖਿੱਚ ਕੇ ਕਿਹਾ ਤੁਹਾਨੂੰ ਤਾਂ ਅਹਨਾ ਫੋਹਾ ਫੋਹਾ ਪਰ ਜਵਾਕਾਂ ਤੇ ਵੀ ਦਰਸ ਨਹੀਂ ਆਉਂਦਾ ਮੈਂ ਕਿਤੇ ਆਪਣੇ ਖਾਣ ਮਰਨੋਂ ਤਾਂ ਨਹੀਂ ਆਂਦੀ ਅੱਗੇ ਕਿਹੜੀ ਮੈਂ ਮਲਾਈਆਂ ਮੱਖਣੀਆਂ ਤੇ ਲੱਗੀ ਹੋਈਆਂ ਐਵੇਂ ਮਾਮਾ ਦੀਆਂ ਆਂਦਰਾਉਂਦੀਆਂ ਨੇ ਸਵੇਰੇ ਉੱਠ ਦਾ ਪਪੂ ਦਹੀਂ ਮੰਗਦਾ ਤਾ ਜੀਨੂ ਬਲੇਟ ਫਿਰਦੇ ਨੇ ਨਾਲੇ ਉਹ ਵੀ ਭਲਾ ਲੋਕ ਕਿੰਨੀਆਂ ਪੱਕੀਆਂ ਕਰਦਾ ਗਿਆ ਹਾੜੀ ਨੂੰ ਭਲਾ ਇੱਕ ਮਹਿੰਦੇ ਪੈਸੇ ਵੀ ਨਾ ਨਿਭਣਗੇ ਅਸਾਂ ਕਿਤੇ ਰੱਬ ਦੇ ਮਾਂ ਤਾਂ ਨਹੀਂ ਮਾਰੇ ਹੋਏ ਬੰਦੇ ਤਾਂ ਐਵੇਂ ਮਰੂ ਮਰੂ ਕਰਦੇ ਰਹਿਣਗੇ ਬੰਦਿਆਂ ਨੂੰ ਕਮਾਉਣਾ ਜੋ ਪੈਂਦਾ ਹੋਇਆ ਸੱਜਣ ਸਿੰਘ ਨੇ ਆਪਣੀ ਜ਼ਿੰਮੇਵਾਰੀ ਮਹਿਸੂਸ ਕਰਦਿਆਂ ਕਿਹਾ ਬੰਦੇ ਕਿਤੇ ਅਲੋਕਾਰ ਕਮਾਉਂਦੇ ਨੇ ਜਨਾਨੀਆਂ ਵਿਹਲੀਆਂ ਬੈਠੀਆਂ ਰਹਿੰਦੀਆਂ ਨਹੀਂ ਭਜਨ ਕੋਰ ਨੇ ਸੱਜਣ ਸਿੰਘ ਦੀ ਇਕੱਲੇ ਕਮਾਉਣ ਦੀ ਦਲੀਲ ਨੂੰ ਮੰਨਿਆ ਨਾ ਵਿਹਲੀਆਂ ਨਹੀਂ ਬੈਠੀਆਂ ਰਹਿੰਦੀਆਂ ਪਰ ਕਿਸੇ ਕੋਲੋਂ ਲਿਓਣ ਦੇਣ ਦਾ ਫਿਕਰ ਨਹੀਂ ਘਰ ਬੈਠੀਆਂ ਮੰਗ ਹੀ ਲੈਣਾ ਹੈ ਨਾ ਅੱਖੇ ਲਿਆਵੇਗਾ ਮੀਆਂ ਤੇ ਖਾਵੇਗੀ ਡਾਰੀ ਨਾ ਲਿਓ ਮੀਆਂ ਤਾਂ ਹੋਊ ਖੁਵਾਰੀ ਤੁਹਾਨੂੰ ਤਾਂ ਡਾਰੀ ਨੇ ਬਹੁਤ ਔਖਿਆ ਕਰ ਛੱਡਿਆ ਹੋਣਾ ਏ ਲੈ ਖਾਂ ਨਾ ਲਿਓ ਮੇਰੇ ਇਹ ਵਧੇਰੇ ਨੇ ਸਿਆਣਿਆ ਖਾਣ ਪਾਇਆ ਏ ਮਾਪੇ ਤਰਸਣ ਪੁੱਤਾਂ ਨੂੰ ਤੇ ਪੁੱਤਰ ਤਰਸਣ ਟੁੱਕਾਂ ਨੂੰ ਸਾਡੇ ਵਿਚਾਰੇ ਮਾਪਿਆਂ ਦੇ ਹੁੰਦਿਆਂ ਲੱਸੀ ਨੂੰ ਪਏ ਦਰਸ ਦੇਣੀ ਭਜਨ ਕਰਮ ਉਹ ਵਟ ਕੇ ਅੰਦਰ ਚਲੀ ਗਈ ਆਪਣੀ ਨਾਰਾਜ਼ਗੀ ਪ੍ਰਗਟ ਕਰਨ ਵਾਸਤੇ ਉਹ ਇੰਨਾ ਹੀ ਕਾਫੀ ਸਮਝਦੀ ਸੀ ਦੇ ਲੋਣਾ ਚਾਹੁੰਦਾ ਹੋਇਆ ਵੀ ਸੱਜਣ ਸਿੰਘ ਅਗਲੀ ਸਵੇਰ ਸ਼ਹਿਰ ਨੂੰ ਤੁਰ ਪਿਆ। ਤਨੇਸ਼ਾ ਨੇ ਸੱਜਣ ਸਿੰਘ ਦਾ ਬੜਾ ਨਿਗਾ ਸਵਾਗਤ ਕੀਤਾ। ਸੱਜਣ ਸਿੰਘ ਦੇ ਨਾਂ ਨਾ ਕਰਦਿਆਂ ਵੀ ਤਨੇਸ਼ਾ ਨੇ ਨੌਕਰ ਨੂੰ ਭੇਜ ਕੇ ਲੱਸੀ ਦਾ ਗਲਾਸ ਮੰਗਾ ਲਿਆ। ਘਰ ਵਿੱਚ ਤਨੇਸ਼ਾ ਜਿੰਨਾ ਕੰਜੂਸ ਸੀ ਆੜ ਤੋਂ ਤੇ ਸਾਮੀ ਨੂੰ ਫੋਣ ਵਾਸਤੇ ਉਹ ਕਿਸੇ ਕਿਸੇ ਵੇਲੇ ਖੁੱਲ੍ਹ ਦੇਣਾ ਵੀ ਹੋ ਜਾਂਦਾ ਸੀ। ਆ ਲੈ। ਤਨੇਸ਼ਾ ਨੇ ਸੱਜਣ ਸਿੰਘ ਨੂੰ ਦਸਾਂ ਦਾ ਨੋਟ ਫੜਾਉਂਦਿਆਂ ਕਿਹਾ। ਹਾਤਿਆਂ ਚ ਫਿਰ ਕੇ ਮੈਂ ਪਸੰਦ ਕਰਕੇ ਸਾਈ ਦੇ। ਫਿਰ ਆ ਕੇ ਜਿੰਨੇ ਲੋੜਾ ਹੋਣਾ ਲੈ ਜਾਈ। ਤੇ ਮੈਂ ਕੋਈ ਚੰਗੀ ਖਰੀਦੀ ਐਵੇਂ ਕੋਈ ਖੜੰਭਾ ਜਾਈ ਨਾ ਹਿਕ ਤੁਰੇ ਜਿਹਨੂੰ ਵੇਖ ਕੇ ਘਰ ਦੇ ਬਾਲੀ ਪਏ ਡਰਨ ਚੰਗਾ ਪਸੂ ਸੁਆ ਦੋ ਸੁਏ ਪਿਆ ਕੇ ਵੀ ਮੁੱਲ ਪੂਰਾ ਕਰ ਜਾਂਦਾ ਏ ਐ ਸਾਰੇ ਉਪਦੇਸ਼ ਦਾ ਅਸਲੀ ਮਨੋਰਥ ਇਹ ਸੀ ਕਿ ਸੱਜਣ ਸਿੰਘ ਐਨਾ ਕਰਜ਼ਾ ਚੁੱਕ ਲਵੇ ਜਿਹੜਾ ਉਹ ਖਾੜੀ ਨੂੰ ਉਤਾਰ ਨਾ ਸਕੇ ਕਸੂਰ ਮਹੀ ਦੀ ਬੜੀ ਉੱਗੀ ਮੰਡੀ ਸੀ ਸ਼ਹਿਰ ਦੇ ਹਰ ਹਿੱਸੇ ਵਿੱਚ ਕਈ ਆਹਾਤੇ ਸਨ ਹਰ ਆਹਾਤੇ ਵਿੱਚ 10 15 20 ਮਹੀ ਹਰ ਵੇਲੇ ਵਕਾਊ ਖਲੋਤੀਆਂ ਰਹਿੰਦੀਆਂ ਸਨ ਹਜ਼ਾਰਾਂ ਰੁਪਏ ਦਾ ਲੈਂਡ ਦੇਣੇ ਰੋਜ ਹੁੰਦਾ ਸੀ ਕਈ ਵਪਾਰੀ ਪਿੰਡਾਂ ਵਿੱਚੋਂ ਮਾਲ ਖਰੀਦ ਕੇ ਕਸੂਰਾਂਈ ਬੰਬਈ ਵੇਚਦੇ ਸਨ ਕਿਸੇ ਪਿੰਡੂ ਨੇ ਲਵੇਰੀ ਵੇਚਣੀ ਜਾਂ ਖਰੀਦਣੀ ਹੋਵੇ ਤਾਂ ਹਰ ਵੇਲੇ ਉਹਦੀ ਲੋੜ ਕਸੂਰ ਵਿੱਚੋਂ ਪੂਰੀ ਹੋ ਸਕਦੀ ਸੀ ਸੱਜਣ ਸਿੰਘ ਨੇ ਕਈ ਆਹਾਤੇ ਫਿਰਕੀ ਵੇਖੀ ਅੰਤ ਤਹਰਕਿਆਂ ਦੇ ਆਹਾਤੇ ਵਿੱਚੋਂ ਉਹਨੇ ਇੱਕ ਦੁੱਜਣ ਮੈਂ ਪਸੰਦ ਕੀਤੀ ਮੈਂ ਮੱਥਿਓ ਬੱਲੀ ਚੂਰ ਕੁੰਡੀ ਪੰਜ ਕਲਿਆਣੀ ਹਵਾਨੇ ਦੀ ਦੱਕ ਮਨਮੋਣੀ ਤੇ ਚੂਣ ਨੂੰ ਸਾਰੇ ਗਣਾ ਵਿੱਚ ਪੂਰੀ ਸੀ ਦਨਾਲ ਨੇ ਮਹਿੰਦੀ ਕੰਡ ਤੇ ਹੱਥ ਫੇਰਦਿਆ ਕਿਹਾ ਸਰਦਾਰ ਸੱਜਣ ਸਿਆਂ ਮੈਂ ਲੈਣੀਓ ਤਾਂ ਚੋਟੀ ਸਾਰੇ ਕਸੂਰ ਵਿੱਚੋਂ ਸਿੱਟਾਈ ਤੇਰੇ ਪੀਰੂ ਵਾਲੇ ਵਿੱਚ ਐਦੀ ਵਰਗੀ ਇੱਕ ਨਹੀਂ ਹੋਣੀ ਪੈਸੇ ਤਾਂ ਇੱਕ ਵਾਰ ਲੱਗ ਜਾਣਗੇ ਪਰ ਸਾਰਾ ਪਿੰਡ ਤੁਰ ਕੇ ਵੇਖਣਾ ਵੇਗਾ ਨਾਲੇ ਸਿਆਣਿਆਂ ਆਖਿਆ ਏ ਪਸ਼ੂ ਚਾਰ ਛੇਲਣ ਮਹਿੰਗਾ ਪਰ ਨਵਾਂ ਤੇ ਮੂੰਹ ਮੱਥੇ ਲੱਗਦਾ ਖਰੀਦਿਏ ਜਾਂ ਦੋ ਸੂਏ ਪੀਕੇ ਮੇਰੇ ਕਿੱਲੇ ਤੇ ਬੰਜਵੀਂ ਤੇ ਲੱਗੀ ਰਕਮ ਲੈ ਜਾਵੀਂ ਹੋਰ ਦਸ ਇੱਕ ਪਿੰਡੂ ਹਲਵਾ ਦੇ ਉਦਾਲੇ ਤਿੰਨ ਸ਼ਹਿਰੀਏ ਦਲਾਲ ਹੋ ਗਏ ਫਿਰ ਉਹਨੇ ਜਾਲ ਵਿੱਚੋਂ ਕਿਧਰ ਨਿਕਲ ਜਾਣਾ ਸੀ ਸੱਜਣ ਸਿੰਘ ਨੇ ਹਾਮੀ ਭਰ ਦਿੱਤੀ ਮੈਂ ਉਹਦੇ ਵੀ ਦਿਲ ਲਗਦੀ ਸੀ ਕਰ ਭਈ ਮੁੱਲ ਫੱਜੇ ਦਲਾਲ ਨੇ ਮਾਲਕ ਨੂੰ ਪੁੱਛਿਆ ਫੱਜਿਆ ਮੁੱਲ ਮੈਂ ਕੀ ਕਰਨਾ ਏ ਮੁੱਲ ਤਾਂ ਝੋਟਿ ਆਪੇ ਪਈ ਕਰਦੀ ਏ ਪੁਰਾਣੇ ਵਪਾਰੀ ਪੀਰਾਂ ਦਿੱਤੇ ਨੇ ਸਿਰ ਤੋਂ ਪੱਗ ਲਾ ਕੇ ਮੈਂ ਦਾ ਪਿੰਡਾ ਪੁੱਛਦਿਆਂ ਕਿਹਾ ਪੀਰਾਂ ਦਿੱਤੇ ਦੀ ਆਦਤ ਸੀ ਕਿ ਉਹ ਹਰ ਵळे ਆਪਣੇ ਪਸ਼ੂ ਦੇ ਪਿੰਡੇ ਉੱਤੇ ਕੱਪੜਾ ਫੇਰਦਾ ਰਹਿੰਦਾ ਹੋਰ ਲੀੜਾ ਕੋਲ ਨਾ ਹੋਵੇ ਤੋ ਨੀ ਸਿਰੋਂ ਪਾਗਲਾ ਕੇ ਉਸੇ ਨਾਲ ਪਸ਼ੂ ਦਾ ਪਿੰਡਾ ਸਾਫ ਕਰਨ ਲੱਗ ਪੈਣਾ ਉਹਦੇ ਆਪਣੇ ਕੱਪੜੇ ਮੈਲੇ ਹੋਣੇ ਪਰ ਉਹਦੀਆਂ ਮਹੀ ਦੇ ਪਿੰਡੇ ਹਰ ਵળે ਨਿਸ਼ਕਦੇ ਰਹਣੇ ਕਈ ਵਾਰ ਉਹਨੇ ਪਿੰਡ ਵਿੱਚੋਂ ਮਹਿ ਖਰੀਦਣ ਲੱਗਿਆਂ ਮਾੜ ਨਾਲ ਕਹਿਣਾ ਉਹ ਸਰਦਾਰਾ ਪੈਸਿਆਂ ਦੇ ਮੱਥੇ ਨਾ ਲੱਗ ਤੇਰਾ ਪਸ਼ੂ ਸੁਰਗ ਵਿੱਚ ਪੈ ਜਾਊਗਾ ਆ ਵੇਖਾ ਤੇਰੀ ਸੰਭੀ ਹੋਈ ਦਾ ਕੀ ਹਾਲ ਆ ਗਿੱਟ ਗਟ ਗੋਹਾ ਤੇ ਚਿੱਕੜ ਚੜਿਆ ਪਿਆ ਹੀ ਪਿੰਡੇ ਤੇ ਖੁੱਡੇ ਨਿਕਲੇ ਹੋਏ ਨੇ ਜਾਂ ਚੌਥੇ ਦਿਨ ਆ ਕੇ ਪੀਰਾਂ ਦਿੱਤੇ ਦੇ ਕਿੱਲੇ ਤੇ ਵੇਖ ਲਵੀ ਮੈਂ ਸਿਆਣ ਲਵੀ ਤਾ ਮੁਖ ਤੋਂ ਮੁਖਤ ਖੋਲ ਲਿਆ ਮੀ ਪੀਰ ਵੀ ਪਈ ਨਾ ਤਾਂ ਮਾਪਿਆਂ ਹੀ ਤਰਨਾ ਹੈ ਨਾ ਫੱਜੀ ਨੇ ਪੀਰਾਂ ਦਿੱਤੇ ਨੂੰ ਦੁਬਾਰਾ ਕਿਹਾ ਓਹੋ ਤੂੰ ਅੱਜ ਨਮਾ ਮੈਂ ਖਰੀਦਣ ਲੱਗਾਂ ਮਾਲ ਤੇਰੇ ਸਾਹਮਣੇ ਆ ਜੋ ਮਰਜੀ ਉਹ ਲਾ ਤੇਲ ਨਾਲ ਚੋਪੜੇ ਹੋਏ ਸਿੰਘਾਂ ਉੱਤੇ ਪੀਰਾਂ ਦਿੱਤੇ ਨੇ ਹੱਥ ਫੇਰਦਿਆ ਕਿਹਾ ਸਾਰੀ ਉਮਰ ਤੇਰੀ ਐ ਆਤ ਨਾ ਗਈ ਮੂੰਹ ਚੋਂ ਦੰਦ ਨਹੀਂ ਰਹੇ ਤੇ ਨਖਰੇ ਕਸ਼ਮੀਰ ਰਣ ਜੰਨਤ ਬਾਈ ਵਾਂਗ ਕਰਨੇ ਸੰਤੇ ਦਲਾਲ ਨੇ ਕਸੂਰ ਦੀ ਪ੍ਰਸਿੱਧ ਨਾਚੀ ਦਾ ਨਾਮ ਮਸਾਲ ਵੱਜੂ ਪੇਸ਼ ਕੀਤਾ ਮੁੱਲ 10 ਤੇ ਜੀ ਵੇਚਣ ਦਾ ਰਦਾ ਨਹੀਂ ਤਾ ਅਸੀਂ ਗਾਂ ਤੁਰਦੇ ਬਣੀਏ ਕਸੂਰ ਵਿੱਚ ਮਹੀਂ ਦਾ ਕਾਲ ਨਹੀਂ ਪੈ ਗਿਆ ਜਿਹੜੀ ਤੇਰੇ ਕੋਲੋਂ ਸੁੰਡ ਦੀ ਗੰਢੀ ਏ ਹੋਰ ਕਿਤੇ ਸਾਨੂੰ ਪਾਲਣ ਨਹੀਂ ਲੱਭਣੀ ਨਹੀਂ ਇਹਦੇ ਨਾਲ ਦੀ ਜਾ ਸਾਰੇ ਕਸੂਰ ਚੋਂ ਲੱਭ ਲਿਆਵੇਂ ਤਾਂ ਮੁਫਤ ਲੈ ਜਾਈ ਸੰਤਿਆ ਤੂੰ ਮਹੀਂ ਕਦੇ ਵੇਖੀ ਹੈ ਨਹੀਂ ਇਸੇ ਵਾਸਤੇ ਤੇਰਾ ਮੇਰਾ ਸੌਦਾ ਨਹੀਂ ਬਣਦਾ ਹੁੰਦਾ ਤੈਨੂੰ ਪਸ਼ੂ ਦੀ ਸੁਨਾਸ ਵੀ ਹੋਵੇ ਹੂੰ ਤੂੰ ਹੁਣ ਕੁਛ ਮੂੰਹੋਂ ਫੁੱਟੇ ਮਰੀ ਵੀ ਫੱਜੇ ਨੇ ਥੋੜਾ ਜਿਹਾ ਖਿੱਚ ਕੇ ਕਿਹਾ ਰੁਪਈਆ ਢੂਢ ਸੋ ਲਾਊਗਾ ਹੈਗਾ ਹੀ ਪੱਲੇ ਪੀਰਾਂ ਦਿੱਤੇ ਨੇ ਕੁਛ ਤਿੱਖੀ ਜੀ ਸੁਰ ਨਾਲ ਫੱਜੇ ਨੂੰ ਜਵਾਬ ਦਿੱਤਾ ਅਸਲ ਵਿੱਚ ਉਹ ਗਾਹਕ ਦੀ ਅਣਖ ਨੂੰ ਟੁੰਬ ਰਿਆ ਸੀ ਢੂਢ ਸੋ ਨਹੀਂ 200 ਲਾਮ ਲੱਗੀ ਹੋਣੀ ਹੈ ਕਿਤੇ ਕਣਕ ਢੂਢ ਰੁਪਈਆ ਰੋਲਦੀ ਫਿਰਦੀ ਆ ਇਸ ਕਾਲੇ ਚੰਮ ਦਾ 150 ਵੇਖੋ ਹੀ ਫੱਜਿਆ ਬੰਦੇ ਦਾ ਪੋਤੇ ਤਾਂ ਮੁੜ ਕੇ ਇਹੋ ਜਿਹਾ ਨਾ ਮੂੰਹੋਂ ਕੱਢੀ ਅੱਖੀ ਚਾਣਾ ਜਟਿਏ ਤੂੰ ਆਪਣੇ ਸ਼ੌਕ ਨੂੰ ਪਰ ਮੇਰੀ ਬੱਖੀ ਨੂੰ ਨਿੰਦ ਕੇ ਨਾ ਜਾ ਪੀਰਾਂ ਦਿੱਤੇ ਨੇ ਮੱਥੇ ਤੇ ਧੂੜੀ ਪਾ ਕੇ ਮਿਰਜੇ ਦੇ ਕਿਸੇ ਦੀ ਮਸ਼ਹੂਰ ਪੰਕਤੀ ਕਹੀ ਉ ਅੱਛਾ ਤੇਰੀ 150 ਦੀ ਨਹੀਂ 250 ਦੀ ਹੈ ਪਰ ਅਸਾ ਤਾਂ ਗਾਹਕ ਦਾ ਪੁੱਜਦਾ ਮੁੱਲ ਲਾਉਣਾ ਏ ਲੈ ਕਰ ਹੱਥ ਸੰਤੇ ਨੇ ਬੜੀ ਮਿੱਠੀ ਸੁਰ ਨਾਲ ਕਿਹਾ ਪੀਰਾਂ ਦਿੱਤਾ ਵੀ ਇੱਕ ਮਿੰਟ ਵਿੱਚ ਨਰਮ ਹੋ ਗਿਆ ਉਹਨੇ ਸੱਜਾ ਹੱਥ ਅਗਾਹ ਵਧਾ ਦਿੱਤਾ ਲੈ ਅੱਲਾ ਪਾਕ ਦਾ ਨਾਮ ਲੈ ਬੋਣੀ ਦਾ ਵੇਲਾ ਹੀ ਸੰਤੇ ਨੇ ਪੀਰਾਂ ਦਿੱਤੇ ਦੇ ਹੱਥ ਉੱਤੇ ਚਾਂਦੀ ਦਾ ਰੁਪਈਆ ਧਰ ਕੇ ਉਹਦਾ ਹੱਥ ਆਪਣੇ ਦੋਹਾਂ ਹੱਥਾਂ ਵਿੱਚ ਘੁੱਟ ਕੇ ਕਿਹਾ ਰੁਪਈਏ 50 ਹੀ ਨਾਲ ਹੀ ਉਹਨੇ ਦੋਨਾਂ ਹੱਥਾਂ ਨਾਲ ਪੀਰਾਂ ਦਿੱਤੇ ਹੱਥ ਨੂੰ ਜ਼ੋਰ ਨਾਲ ਪਛਾਣੂ ਧੱਕਾ ਦਿੱਤਾ ਮੈਂ ਤੁਹਾਡਾ ਬਖੇੜੀ ਹੋਈ ਪੀਰਾਂ ਦਿੱਤੇ ਨੇ ਹੱਥ ਵਿੱਚੋਂ ਰੁਪਈਆ ਐਵੇਂ ਛਣ ਕੇ ਦਿੱਤਾ ਜਿਵੇਂ ਉਹ ਤੱਤਾ ਹੋਵੇ ਆਏ ਨੇ ਵੱਡੇ ਮੋਹਤਬਰ ਦਲਾਲ ਹੂੰ ਤੇ ਉਹ ਭੁੜ ਕੇ ਮੈਂ ਤੇ ਦੂਜੇ ਪਾਸੇ ਜਾ ਖੜਾ ਕਿਉਂ ਸੱਪ ਸੀ ਜਿਨੇ ਹਾਥੂ ਤੇ ਡੰਗ ਮਾਰ ਦਿੱਤਾ ਹੀ ਲੈ ਆਉਰਾ ਫੱਤੀ ਨਹੀਂ ਭੋਈ ਤੁਰ ਰੁਪਈਆ ਫੜ ਕੇ ਫਿਰ ਉਹਦੇ ਵੱਲ ਵਧਾ ਦਿੱਤਾ ਬੱਸ ਐ ਸੰਤਾ ਮੇਰੇ ਮੱਥੇ ਨਾ ਲੱਗੇ ਐਦੇ ਨਾਲ ਮੈਂ ਗੱਲ ਨਹੀਂ ਕਰਨੀ 50 ਲੈ ਲਓ ਸੂ ਪੀਰਾਂ ਦਿੱਤੇ ਸੰਤੇਵਲ ਗੁੱਸੇ ਭਰੀਆਂ ਅੱਖਾਂ ਨਾਲ ਵੇਂਦਾ ਫਿਰ ਨੇੜੇ ਆ ਗਿਆ ਲੈ ਨਾ 50 ਨਾ 55 ਫੱਜੇ ਨੇ ਪੀਰਾਂ ਦਿੱਤੇ ਦਾ ਹੱਥ ਫੜ ਕੇ ਉਹਦੇ ਤੇ ਰੁਪਈਆ ਰੱਖ ਦਿਆਂ ਕਿਹਾ ਰੁਪਈਏ 60 ਤੁਸੀਂ ਸਾਰੇ ਤੁਸੀਂ ਸਾਰੇ ਇੱਕੋ ਰਸੇ ਫਾਇਦੇ ਦੇਣ ਵਾਲਿਓ ਛੱਡ ਦੇ ਮੈਂ ਨਹੀਂ ਸੌਦਾ ਕਰਨਦਾ ਪੀਰਾਂ ਨੇ ਤਾਂ ਫੇਰ ਪਹਿਲਾ ਵਾਂਗੀ ਤੜਫਿਆ 扑ੜ ਗਿਆ ਪਰ ਫੱਜੇ ਨੇ ਉਹਦਾ ਹੱਥ ਛੱਡਿਆ ਨਾ ਉਹ ਇਹ ਤੈਨੂੰ ਬਿਛੂ ਲੜਦੇ ਨੇ ਤੜਫਦਾ ਕਿਉਂ ਹੈ ਨਾ ਬੰਦਿਆਵਾ ਖਲੋ ਕੇ ਗੱਲ ਕਰ ਤੇ ਤੋ ਕੋਈ ਖੋਕੇ ਤਾਂ ਨਹੀਂ ਲੈ ਚੱਲਿਆ ਕੋਣੋ ਹਾਤੇ ਦੇ ਮਾਲਕ ਚੌਧਰੀ ਅੱਲਾ ਬਖਸ਼ਤਾਰ ਕੇ ਨੀ ਪੀਰਾਂ ਦਿੱਤੇ ਨੂੰ ਜਰਾ ਛਿੜਕਦਿਆਂ ਕਿਹਾ ਅੱਛਾ ਇੱਧਰ ਆ ਪਈ ਸੱਜਣ ਸਿਆ ਸੰਤਾ ਫੱਜਾ ਤੇ ਲਾਲਦੀਨ ਤਿੰਨੇ ਦਲਾਲ ਸੱਜਣ ਸਿੰਘ ਨੂੰ ਬਾਹੋਂ ਫੜਕੇ ਹਾਤੇੋਂ ਬਾਹਰ ਲੈ ਗਏ ਲੈ ਦੱਸ ਭਾਈ ਕਿੱਥੋਂ ਤੱਕ ਵਾਰਾ ਖਾਂਦੀ ਏ ਅਸਾਂ ਤਾਂ ਤੇਰੀ ਵਾਲਦੀ ਕਰਨੀ ਏ ਉਂਜ ਐਸ ਭਾਅ ਵਿੱਚ ਮੈਂ 100 ਤੋਂ ਘੱਟ ਦੀ ਨਹੀਂ ਲਾਲਦੀਨ ਨੇ ਆਪਣੀ ਰਾਏ ਦੱਸੀ ਨਾ ਭਾਈ ਮੈਂ ਤਾਂ ਅਸੀਆਂ ਤੋਂ ਵੱਧ ਨਹੀਂ ਖਰਚਣੇ ਆਪਾਂ ਕੋਈ ਹੋਰ ਵੇਖ ਲੈਂਦੀ ਆ ਦਲਾਲਾਂ ਦਾ ਹਮਾਂ ਰੱਖਣ ਵਾਸਤੇ ਸੱਜਰ ਸਿੰਘ ਨੇ ਆਪਣੀ ਸ਼ਿਆ ਨਾਲੋਂ 10 ਵਾਧੀ ਦੱਸੇ ਫੇਰ ਨਹੀਂ ਸੌਦਾ ਬਣਨਾ ਉਹ ਬੁੱਢਾ ਬੜਾ ਖਰਾਟੀ ਸੰਤੇ ਨੇ ਸਿਰ ਫੇਰਦਿਆਂ ਕਿਹਾ ਬਣਨਾ ਕਿਉਂ ਨਹੀਂ ਜਾਂ ਦੋ ਵੱਧ ਜਾਂ ਘਟ ਚੰਗਾ ਪਸ਼ੂ ਵੀ ਕਿਤੇ ਪਾਗਾ ਨਾਲ ਹੀ ਬਣਦਾ ਏ ਲਾਲਦੀਨ ਨੇ ਗਾਹ ਕੋਲ ਵਕਾਉ ਚੀਜ਼ ਦੀ ਤਾਰੀਫ ਕਰਨੀ ਚੰਗੀ ਸਮਝੀ ਨਾ ਪਈ ਮੈਂ ਅਸਤੀਆਂ ਤੋਂ ਵੱਧ ਇੱਕ ਪੈਸਾ ਨਹੀਂ ਜਿ ਦੇਣਾ ਝੂਠੀ ਗੱਲ ਸੱਜਰ ਸਿੰਘ ਨੇ ਆਪਣੇ ਵੱਲੋਂ ਬੜੀ ਦ੍ਰੜ ਵਾਜ ਵਿੱਚ ਕਿਹਾ ਅੱਛਾ ਆਉ ਤਾ ਸਹੀ ਮੈਂ ਗੱਲ ਕਰਦਾ ਲਾਲਦੀਨ ਅੱਗੇ ਲਾ ਕੇ 100 ਰੁਪਇਆ ਆ ਪਈ ਬਾਬਾ ਪੀਰਾ ਦਿੱਤਿਆ ਪਰ ਇੱਕ ਗੱਲ ਹੀ ਗੱਲ ਠੰਡੇ ਸਵੇਰ ਨਾਲ ਕਰਨੀ ਹੋ ਐਵੇਂ ਸ਼ੋਰ ਸ਼ਿਨੀਆ ਮੰਗ ਮੌਪਰਤੂਨੀ ਪਾਣਾ ਲੈ ਕਰ ਹੱਥ ਲਾਲਦੀਨ ਨੇ ਰੁਪਏ ਵਾਲ ਹੱਥ ਅਗਾ ਵਧਾ ਕੇ ਕਿਹਾ ਬੋਲ ਪੀਰਾ ਦਿੱਤੇ ਨੇ ਭਲੇ ਮਾਨਸਾ ਵਾਂਗ ਸਾਈ ਵਾਸਤੇ ਸੱਜਾ ਤਾਂ ਗਾਹ ਵਧਾ ਦਿੱਤਾ ਰੁਪਏ ਪੈਠ ਹੀ ਨਹੀਂ ਪੁੰਚਦੇ ਉਹ ਫਿਰ ਚੱਲਿਆ ਕਿੱਥੇ ਹੈ ਬੰਦਿਆਂ ਵਾਂ ਖਲੋ ਕੇ ਗੱਲ ਕਰ ਲੈ 66 ਨਹੀਂ 67 68 ਲੈ 70 ਨਹੀਂ ਬਾਬਾ ਨਹੀਂ ਮੇਰੀ ਜਾਨ ਛੱਡ ਇੱਕ ਵਾਰ ਸੌਦਾ ਫਿਰ ਟੁੱਟ ਗਿਆ ਜਿ ਆਪਣ ਲੱਗਾ ਪਰ ਲਾਲਦੀਨ ਕੇ ਵੀ ਪੁਰਾਣੇ ਘਲਾਟੇ ਸਨ ਉਹ 23 ਨਾਲ ਹੀ ਘੇਰ ਕੇ ਇਕੱਠਾ ਹਮਲਾ ਕੀਤਾ ਉਹ ਲੱਗੇ 1-1 ਰੁਪਈਆ ਵਧਣ ਜਿਉਂ-ਜਿਉਂ ਵਧਦੇ ਜਾਂਦੇ ਸੱਜਣ ਸਿੰਘ ਦਾ ਦਿਲ ਕੱਟਦਾ ਜਾ ਰਿਹਾ ਸੀ ਉਹਨੂੰ ਸੌਦਾ ਮਹਿੰਗਾ ਹੁੰਦਾ ਜਾਂਦਾ ਪ੍ਰਤੀਤ ਹੋ ਰਿਹਾ ਸੀ ਪਤਾ ਤਾਂ ਹੀ ਲੱਗਾ ਜਾਂ ਦਲਾਲਾਂ ਨੇ ਇੱਕੋ ਵਾਰ 80ਾਂ ਤੋਂ ਵੱਧ ਕੇ 90ਾਂ ਦੇ ਛਾਲ ਮਾਰ ਦਿੱਤੀ ਨਾਲ ਹੀ ਉਹਨਾਂ ਇੱਕੋ ਵਾਰ ਚਤੌੜ ਦਾ ਕਿਲਾ ਫਤਿਹ ਹੋਣ ਵਾਂਗ ਰੋਲਾ ਪਾ ਦਿੱਤਾ ਇੱਕ ਜਣਾ ਪੀਰਾਂ ਦਿੱਤੇ ਨੂੰ ਲੱਕੂ ਜਫਾ ਪਾ ਕੇ ਪਰਾਂ ਲੈ ਗਿਆ ਇੱਕ ਜਣੇ ਨੇ ਕਿੱਲੇ ਤੋਂ ਮੈਂ ਖੋਲੀ ਪੀਰਾਂ ਦਿੱਤਾ ਲੁੱਟ ਲਿਆ ਮਾਰ ਲਿਆ ਦੀ ਦੁਹਾਈ ਪਾਈ ਜਾ ਰਿਆ ਸੀ ਤਿੰਨੇ ਦਲਾਲ ਤੇ ਉਹਨੇ ਕੋ ਹੋਰ ਹਾਥੇ ਵਾਲੇ ਆਪੋ ਆਪਣੀ ਥਾਂ ਕਾਵਾਂ ਰੋਲੀ ਪਾਈ ਜਾ ਰਏ ਸਨ ਦੋ ਮਿੰਟ ਸਿੱਟਾ ਮੰਡੀ ਵਾਲੀ ਹਾ ਹੂ ਹਾ ਹੂ ਦਾ ਨਜ਼ਾਰਾ ਬਚ ਗਿਆ ਸੱਜਣ ਸਿੰਘ ਆਪਣੀ ਤਾਂ ਮੈਨੂੰ ਮਨਜ਼ੂਰ ਨਹੀਂ ਮੈਨੂੰ ਨਹੀਂ ਪੁੱਜਦਾ ਕਹੀਂ ਜਾ ਰਿਹਾ ਸੀ ਪਰ ਸ਼ਹਿਰੀਆਂ ਦੇ ਉੱਚੀ ਉੱਚੀ ਰੋਲੇ ਥੱਲੇ ਪਿੰਡੂ ਦੀ ਹੌਲੀ ਤੇ ਸਾਂਹਾਂ ਵਰਗੀ ਆਵਾਜ਼ ਦੱਬੀ ਗਈ ਦਲਾਲਾਂ ਨੇ ਮੰਨੋ ਮੱਲੀ ਮੈਂ ਦਾ ਰਸਤਾ ਸੱਜਣ ਸਿੰਘ ਦੇ ਹੱਥ ਫੜਾ ਦਿੱਤਾ ਚਲੋ ਸਮਝ ਛੱਡਾਂਗੇ ਸ਼ਾਹ ਨੇ 6 ਮਹੀਨਿਆਂ ਦਾ ਵਿਆਹ ਹੀ ਲਾ ਲਿਆ ਸੀ ਇਹ ਸੋਚ ਕੇ ਸੱਜਣ ਸਿੰਘ ਚੁੱਪ ਕਰ ਰਿਹਾ ਸੌਦਾ ਹੋ ਗਿਆ ਤਨੇਸ਼ਾ ਦੇ ਆਦਮੀ ਨੇ ਆ ਕੇ ਰੁਪਈਏ ਧਾਰ ਦਿੱਤੇ ਆਹ ਹੱਥੇ ਚ ਮੈਂ ਖੋਲ ਕੇ ਸੱਜਣ ਸਿੰਘ ਨੇ ਤਨੇਸ਼ਾ ਦੀ ਹਾਰਤ ਵਿੱਚ ਲਿਆ ਬੱਦੀ ਲੀ ਆ ਤਨਿਸ਼ਾ ਲਖਾ ਲੈ ਫਿਰ ਸੱਜਣ ਸਿੰਘ ਨੇ ਗੂਠਾ ਲਾਉਣ ਵਾਸਤੇ ਖੱਬਾ ਹੱਥ ਅਗਾਹ ਵਧੋਦਿਆ ਕਿਹਾ ਸੱਜਣ ਸਿਆ ਸ਼ਰਮਿੰਦਿਆ ਨਾ ਕਰ ਮੈਂ ਤੇ ਤੁ ਲਖਾ ਲਵਾਂ ساری ਉਮਰ ਰੰਗਾ ਰੰਗ ਦੇ ਲੋਕਾਂ ਨਾਲ ਵਾਪਿਆ ਏ ਤਨਿਸ਼ਾ ਬੰਦਾ ਕੋ ਬੰਦਾ ਪਛਾਣਦਾ ਜਾਣਦਾ ਏ ਆਪਣੇ ਆਪ ਖਾੜੀ ਨੂੰ ਆਕੇ 90 ਦੇ 90 ਦੇ ਜਾਈ ਹਾਂ ਇੱਕ ਗੱਲ ਯਾਦ ਰੱਖੀ ਅੱਜ ਤੋਂ ਇਹ ਆੜਤ ਤੇਰੀ ਆਪਣੀ ਏ ਤੇ ਸਾਡੀ ਭੈਣ ਨੂੰ ਆਖੀ ਕਿਸੇ ਮੱਸਿਆ ਵਾਲੇ ਦਿਨ ਖੀਰ ਖਾਣ ਆਵਾਂਗਾ ਤਨਿਸ਼ਾ ਨੇ ਸ਼ਾਹੂ ਕਾਰਾਂ ਵਰਗਾ ਹਾਸਾ ਹੱਸਦਿਆਂ ਕਿਹਾ ਸੱਜਣ ਸਿੰਘ ਮੈਂ ਤੇ ਕੱਟੀ ਅੱਗੇ ਲਾ ਕੇ ਪਿੰਡ ਨੂੰ ਤੁਰ ਪਿਆ ਸਾਰੇ ਰਾਉ ਇੱਕੋ ਗੱਲ ਸੋਚਦਾ ਗਿਆ ਧਨੇਸ਼ਾ ਕਿਸੇ ਉੱਤੇ ਇੱਕ ਪੈਸੇ ਦਾ ਵਸਾ ਨਹੀਂ ਕਰਦਾ ਮੇਰੇ ਉੱਤੇ ਉਹਨੇ ਇਹ ਨਾਤਬਾਰ ਕਿਉਂ ਕਰ ਲਿਆ 90 ਰੁਪਏ ਕੋਈ ਥੋੜੀ ਰਕਮ ਨਹੀਂ ਤੇ ਉਹਨੇ ਲਖਵਾਇਆ ਤੱਕ ਨਹੀਂ ਕਿਉਂ ਖੈਰ ਮੈਨੂੰ ਕਿਸੇ ਦੀ ਨੀਤੂ ਤੇ ਸ਼ੱਕ ਨਹੀਂ ਕਰਨਾ ਚਾਹੀਦਾ ਮੈਂ ਉਹਦੀ ਨੇਕੀ ਨੂੰ ਨਹੀਂ ਭੁਲਾਵਾਂਗਾ ਮੈਂ ਵੇਖ ਕੇ ਕਰਦਿਆਂ ਸਾਰਿਆਂ ਜੀਆਂ ਨੂੰ ਚਾ ਚੜ ਗਿਆ ਛੋਟਾ ਜਿਹਾ ਪਪੂ ਛੋਟਾ ਜਿਹਾ ਪੱਪੂ ਉਸੇ ਵੇਲੇ ਕੋਲੀ ਫੜ ਕੇ ਮੈਂ ਦੇ ਉਦਾਲੇ ਉਦਾਲੇ ਭੌਣ ਲੱਗ ਪਿਆ